ਨਾਜ਼ਰੀਨ ਅੱਜ ਅਸਾਂ ਮੌਜੂਦ ਹਾਂ ਪਲਾਕ ਨਿਊ ਆਬਾਦੀ ਸੋਂ ਤੇ ਕਿਸੇ ਇਸ ਨਾ ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਮਕਾਨ ਇੱਕ ਟਈ ਪਿਆ ਅਸਾਂ ਅੰਦਰ ਮੰਜੀ ਸੀ ਬੱਕਰੀਆਂ ਸਨ ਉਹ ਬਸ ਕੱਢੀਆਂ ਦਾ ਦੋ ਮਿੰਟ ਬਾਅਦ ਮਕਾਨ ਟਈ ਪਿਆ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ ਉਮੀਦ ਕਰਦਾ ਸਾਰੇ ਪਿੰਡ ਠੀਕ ਠਾਕ ਹੋ ਸੋ ਜੀ ਨਾਜ਼ਰੀਨ ਅੱਜ ਇੱਕ ਨਵੀਂ ਵੀਡੀਓ ਤੋਂ ਹਾਜ਼ਰ ਹੋਇਆ ਜੀ ਮੈਂ ਤੁਹਾਨੂੰ ਮਿਹਮਾਨ ਚੌਧਰੀ ਮਨਸੂਰ ਜੱਟ ਜੀ ਨਾਜ਼ਰੀਨ ਸੋ ਤੱਕ ਰਿਹਾ ਯੂਟਿਊਬ ਚੈਨਲ ਆਪਣਾ ਤਰਨੋਟ ਕਰਮੋ ਟੀਵੀ ਜੀ ਨਾਜ਼ਰੀਨ ਅੱਜ ਅਸਾਂ ਮੌਜੂਦ ਹਾਂ ਪਲਾਕ ਨਿਊ ਆਬਾਦੀ ਸੋ ਤੱਕ ਕਿਸੇ ਕਣਿਓ ਇਸ ਨਾ ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਮਕਾਨ ਇੱਕ ਟਈ ਪਿਆ ਅਸਾਂ ਪਲਾਕ ਨੇ ਅੰਦਰ ਮੌਜੂਦ ਹਾਂ ਤੁਸੀਂ ਦੇਖਦੇ ਹੋ ਨਾਲ ਮਕਾਨ ਸੋ ਤੱਕ ਕਿਸੇ ਕਣਿਓ ਸਨਾਲ ਕੇ ਮੈਂ ਦੱਸਣਾ ਹੋਸੀ ਕਿਉਂਕਿ ਬਾਰਿਸ਼ਾਂ ਦੀ ਵਜ੍ਹਾ ਤੋਂ ਇਹ ਮਕਾਨ ਕਾਫੀ ਨੁਕਸਾਨ ਹੋਇਆ ਇਹ ਮਾਲ ਵਾਲੇ ਮਕਾਨ ਜਿਹੜੇ ਨੇ ਡੈਮੇਜ ਹੋਏ ਗਏ ਨੇ ਇੱਥੇ ਦੋ ਕਮਰੇ ਸਨ ਇੱਕ ਬਰਾਂਡਾ ਸੀ ਤਾਂ ਕਾਫੀ ਨੁਕਸਾਨ ਉਹਨਾਂ ਮਾਲੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅੱਲਾ ਹੈਰ ਕਰਿਆ ਕਿ ਬਚੀ ਗਏ ਨਾ ਤਾਂ ਤੁਸੀਂ ਨਾਲ ਨਾਲ ਦੱਸਣੇ ਆ ਕਿ ਇਹਨਾਂ ਨੁਕਸਾਨ ਜਿਹੜਾ ਹੋਇਆ ਦੱਸਣੇ ਆ ਪਲਾਕ ਦੇ ਅੰਦਰ ਨਿਊ ਆਬਾਦੀ ਮੱਲਾ ਮਕਦਮਾ ਇੱਥੇ ਕਾਫੀ ਨੁਕਸਾਨ ਇਹਨਾਂ ਹੋਇਆ ਕਿ ਮੂਨਸੂਨੀਆਂ ਜਾਂ ਬਾਰਿਸ਼ਾਂ ਪਈਆਂ ਤੁਸੀਂ ਤੱਕ ਨਹੀਂ ਸੋ ਨਾਲ ਨਾਲ ਇਹਨਾਂ ਨੂੰ ਪਈ ਉਹਨਾਂ ਕਾਫੀ ਨੁਕਸਾਨ ਹੋਇਆ ਇੱਕ ਬਰਾਂਡਾ ਸੀ ਤਾਂ ਦੋ ਕਮਰੇ ਸਨ ਚਲੋ ਜੀ ਜੀ ਨਾਜ਼ਰੀਨ ਜਿਨ੍ਹਾਂ ਨੇ ਮਕਾਨ ਡੱਠੇ ਉਹ ਮਾਲਕ ਸਨ ਮੌਜੂਦ ਹਨ ਆਜੀ ਚੌਧਰੀ ਮੁਹੰਮਦ ਅਕਰਮ ਸਾਹਿਬ ਨੇ ਮੌਜੂਦ ਨੂੰ ਪਲਾਕ ਦੇ ਅੰਦਰ ਜਿਹੜੇ ਸਾਡੇ ਚੈਨਲ ਨਾਇਨ ਬੰਦੇ ਸ਼ਨੇ ਉਹਨਾਂ ਨੂੰ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਸਾਡੇ ਚੈਨਲ ਸਬਸਕ੍ਰਾਈਬ ਕੀਤਾ ਅਸਾਂ ਉਹਨਾਂ ਦੀ ਮਿਹਰਬਾਨੀ ਸ਼ੁਕਰੀਆ ਅਦਾ ਕਰਦੇ ਹਾਂ ਨਾਲ ਚਾਚੇ ਨੂੰ ਤੁਸੀਂ ਗੱਲ ਕਰਾਉਣੀ ਆ ਜਿਹੜੇ ਮਕਾਨ ਪਲਾਕ ਦੇ ਅੰਦਰ ਡੱਠੇ ਹਨ ਅਸਲਾਮ ਅਲੈਕਮ ਵਾਲੇਕੁਮ ਸਲਾਮ ਉਹ ਜੀ ਠੀਕ ਠਾਕ ਹੋ ਠੀਕ ਠਾਕ ਵਾਲੇਕੁਮ ਸਲਾਮ ਜੀ ਚਾਚਾ ਇਹ ਤੁਹਾਨੂੰ ਨੁਕਸਾਨ ਕਾਫੀ ਆ ਸਾਨੂੰ ਤੱਕਿਆ ਕਿ ਤੁਹਾਨੂੰ ਇਹ ਜਿਹੜੇ ਮਕਾਨ ਡਠਾਇਆ ਇਸ ਨੇ ਹਵਾਲੇ ਨਾਲ ਜੇ ਬਾਰਿਸ਼ਾਂ ਵਜੇ ਡਠਾਇਆ ਬਾਰਿਸ਼ਾਂ ਵਾਲੇ ਸੀ ਕਾਫੀ ਜ਼ਿਆਦਾ ਬਾਰਿਸ਼ਾਂ ਹੀ ਇਸ ਵਾਰੀ ਹੋਈਆਂ ਬਹੁਤ ਬਾਰਿਸ਼ਾਂ ਕਾਫੀ ਹੋਈਆਂ ਕਾਫੀ ਤੇ ਤੁਸੀਂ ਜਿਹੜਾ ਮਕਾਨ ਇਹ ਡਠਾਇਆ ਤੇ ਅੰਦਰ ਕੋਈ ਚੀਜ਼ਾਂ ਆਇਆ ਸਨ ਅੰਦਰ ਮੰਜੀ ਸੀ ਬੱਕਰੀਆਂ ਸਨ ਉਹ ਬਸ ਕੱਢੀਆਂ ਦਾ ਦੋ ਮਿੰਟਾਂ ਬਾਅਦ ਮਕਾਨ ਡੇ ਪਿਆ ਅੱਛਾ ਕੱਢਿਆ ਦੋ ਮਿੰਟਾਂ ਬਾਅਦ ਸ਼ੁਕਰੀਆ ਤੁਸੀਂ ਅੰਦਰ ਨੇ ਤੁਸੀਂ ਬਾਹਰ ਹੋਈ ਹੋ ਤਾਂ ਜੀ ਅੰਦਰ ਕਿਧਾਣੇ ਕੋਈ ਪਤਾ ਨਹੀਂ ਸੀ ਰਹਿਣਾ ਕੋਣ ਸੀ ਜੀ ਨਾਜ਼ਰੀਨ ਅਸਾਂ ਉਮੀਦ ਕਰਦੇ ਹਾਂ ਤੁਸੀਂ ਕਿ ਸਾਡੀ ਵੀਡੀਓ ਪਸੰਦ ਆਈ ਸੀ ਤਾਂ ਇਸਾ ਕਰੇ ਕਿ ਇਹਨਾਂ ਨਾਲ ਮੈਂ ਨੰਬਰ ਹੀ ਦੇ ਸਾਂ ਤੁਸੀਂ ਕਿ ਵਟਸਐਪ ਨਾਲ ਤਾਂ ਇਹਨਾਂ ਦੀ ਮਾਲੀ ਮਦਦ ਕਰੇ ਇਹਨਾਂ ਨਾਲ ਕਾਫੀ ਨੁਕਸਾਨ ਹੋਇਆ ਤੁਸੀਂ ਦੱਸਾਂ ਇਹਨਾਂ ਜੇ ਰਹਿਣੇ ਬਹਿਣੇ ਕਮਰੇ ਨੇ ਉਹ ਵੀ ਕਾਫੀ ਉਹ ਵੀ ਡੈਮੇਜ ਹੋਏ ਗਏ ਤਾਂ ਉਹ ਵੀ ਕਾਫੀ ਸੋਹਣਾ ਨੁਕਸਾਨ ਹੋਇਆ ਕਾਫੀ ਨੁਕਸਾਨ ਹੋਇਆ ਉਹ ਵੀ ਅੰਦਰ ਪਾਣੀ ਗਿਆ ਉੱਠੀ ਹਾਂ ਪਾਣੀ ਗਿਆ ਉੱਠੀ ਅੰਦਰ ਤਾਂ ਇਹ ਜਿਹੜੇ ਕਮਰੇ ਮੰਤੇ ਵੇ ਸਨ ਹਾਂ ਤਾਂ ਇੱਥੇ ਅੰਦਰ ਕੋਈ ਹੋਰ ਵੀ ਚੀਜ਼ਾਂ ਐਸਾ ਮਾਲ ਤੋਂ ਇਲਾਵਾ ਮਾਲ ਤੋਂ ਇਲਾਵਾ ਪੋਹ ਸੀ ਉਹ ਕੱਢੀਂ ਦਾ ਅੱਛਾ ਪੋਹ ਕੱਢੀਂ ਦਾ ਹਾਂ ਕੋਈ ਜਿਹੜਾ ਕੋਈ ਥੋੜਾ ਮੋਈ ਰਿਹਾ ਉਹ ਰਿਹਾ ਹੁਣ ਲਿਖਣਾ ਕੋਈ ਨਹੀਂ ਕਿਆ ਕਰਾਂ ਹੁਣ ਜੇ ਲਾਣੇ ਆ ਤੇ ਜਿਹੜਾ ਆਪਣਾ ਮਲਬਾ ਥੱਲੇ ਲਾ ਜਾਣਾ ਅੱਛਾ ਇਸ ਮਾਰੇ ਇਸ ਲਾਣੇ ਨਾ ਹੁਣ ਬਿਲਕੁਲ ਹਾਂ ਇਹ ਕਾਫੀ ਨੁਕਸਾਨ ਸੁਣਾ ਹੋਇਆ ਤੇ ਇਧਰ ਉੱਪਰੋਂ ਲੇਡ ਸਟੈਂਡਿੰਗ ਆਈ ਰਹੀ ਹੈ ਸਾਰੀ ਆਪਣੋ ਸਾਰੀ ਆਈ ਰਹੀ ਹੈ ਕਾਫੀ ਨੁਕਸਾਨ ਹੈ ਸੁਣਾ ਤਾਂ ਛੇ ਕੋਠੀਆਂ ਪਰ ਛੇ ਕੋਠੇ ਪਾਣੀ ਨਾ ਆਪਰ ਅੱਛਾ ਤਾਂ ਨਾਜ਼ਰੀਨ ਸਾਹਿਬ ਤੁਸੀਂ ਦੁਆ ਕਰ ਸਕਦੇ ਦੁਆ ਕਰਨੇ ਹੋ ਅੱਲਾਹ ਤਾਲਾ ਹਰ ਬੰਦੇ ਕੀ ਆਪਣੀ ਹਿਫਾਜ਼ਤ ਰੱਖਿਆ ਤਾਂ ਇਤਨਾ ਬੜਾ ਨੁਕਸਾਨ ਹੋਇਆ ਅੱਲਾਹ ਸ਼ੁਕਰ ਹੈ ਕਿ ਆਪ ਬਚੀ ਗਏ ਨੇ ਤਾਂ ਇਹਨਾਂ ਜਿਹੜੇ ਬੁੰਨ ਮਕਾਨ ਹਨ ਉਹ ਵੀ ਕਾਫੀ ਨੇ ਨੁਕਸਾਨ ਪਹੁੰਚਿਆ ਅੰਦਰ ਪਾਣੀ ਬੜੀ ਗਿਆ ਤੁਸੀਂ ਉਹ ਵੀ ਨਾਲ ਦੱਸਾਂ ਪਲਾਕ ਮੱਲਾ ਮਕਦਮਾ ਸਾਂ ਨਈ ਆਬਾਦੀ ਸਾਂ ਮੌਜੂਦ ਹਾਂ ਇੱਥੇ ਕਾਫੀ ਨੁਕਸਾਨ ਇਹਨਾਂ ਨੂੰ ਹੋਇਆ ਤੁਸੀਂ ਨਾਲ ਵੀਡੀਓ ਤੁਸੀਂ ਦੇਖਣੇ ਹੋ
जी नाजरीन इंसाना ये मालिक जो मकान मौजूद न। अस्सलाम वालेकुम। वालेकुम सलाम जी। तुम ना क्या? उस्मान अली जी। उस्मान साहब थोड़ा काफ़ी नुकसान होया तो किस तरह इस पानी नीचे आया थोड़ी काफ़ी नीचे रहने के कमरे ने काफ़ी डेमेज हुए नौड़ियों के जरिए पानी आया अंदर। अच्छा काफ़ी पानी आया मिट्टी भी आई है गाढ़ा आया। अच्छा जी नाजरीन ये मला मकदमा न्यू आबादी ये पलाक ने अंदर ये पब्बी सा अपनी जबान जाने पब्बी ने अंदर जो मंदिर मकान है उत्थे इलाका मौजूद है। अगर कुसै भैन भ्रा इन्हें मदद करनी है इन्होंने व्हाट्सएप ना नंबर स्क्रीन चलना उसी ये गरीब बंदे तो इन्होंने मदद करो तना जो डेमो जो मकान वो सीधे करन तो इस सोने जो सोना मकान अंदर समान पे उस तो पहले खड़िया से बाद ही खड़े पानी आई रहा फिर खड़िया आया। अच्छा पानी आई रहा तो तुम कि शिफ्ट हो अस अपने हालन घर शिफ्ट हो। अच्छा ये नाल जी कोठी है जी तो माशाल्लाह बड़ी गल है तो अपनी जानी नुकसान तो बची गई हो तो पता नहीं सी क्योंकि जरा उपरू जो दंदा नहीं आया नाल नजर तक नहीं उस उपरा दंदा आया एक काफ़ी डेमेज हुआ लैंड स्लैंडिंग हुई थी क्योंकि बारिशा बहुत ज़्यादा हुई तो उस वजह तू काफ़ी नुकसान नहीं पहुँचा तो तुम क्या समझ लो बारिशा काफ़ी ज़्यादा नहीं इस बारी हुई जी काफ़ी नुकसान बारिशा हुई इस वजह तू मकान डेमेज जी तो सुने जो माल मवेशी सारे बची गए चंगा होया कि सुनने सुने वाल साहब यह बया कि दो मिनट पहले वो सारा कुछ कटी कहता आया जी दो मिनट पहले कटी कहता फिर असं समान कटिया था इस डेमेज हो गए मकान सारे सने अचानक टेप इन अचानक टेप इन जी अल्लाह शुक्र है कि यह जो अंदर नहीं सुनते हैं कि दो मिनटों बाद नाजरीन जो मकान जो वो गिर गए माल आए सो थके उस नाल थकने ही उसो तो अल्लाह दुआ करने अल्लाह तला हर बंदे की अपनी हिफाजत रखे तो इतना बड़ा कोई आसाना पेश है। असा एक बार फिर नाजनी के रिक्वेस्ट करने कि इन्होंने माली मदद करो इन्होंने काफ़ी नुकसान होया गरीब बंदे तो इन्हों नंबर नाल चलना उसी स्क्रीन पर तो इन्होंने रबता करो तो इन्होंने माली मदद करो तो असा नाल दसने कमरे दसने जितों पानी आया है वो जगह आ जितों उपरू पानी आया है तक गीजर लगे इन्होंने इस उपरू पानी आया नीचे आया पानी तो काफ़ी नुकसान होया तो इन्होंने कमरे सारे तकरीबन डेमेज होने लगे हुए तकरीबन सेम अंदर ही है तो असा नाजरीन की रिक्वेस्ट करने इन्हें दुआ ही करो अल्लाह ताला इन्हें कि सुकून ता फरमाए तो ना जी नाजरीन स्पेशली चौधरी मोहम्मद नज़ीर यूके उन्होंने मेहरबानी अदा करने जो साड़ी सपोर्ट करी रहे हैं सारे चैनल की तकने सारे चैनल की उगा करने की बड़ी कोशिश करने कि सारी सपोर्ट करी रहे और ही भैन भरा जितने सारे चैनल पर नए नए आए जो पुराने उन्होंने शुक्र अदा करने जो सारा चैनल तकने सबसक्राइब करने लाइक करने जो नए नए बंदे छेड़े हो इसे करो चैनल की सबसक्राइब जरूर किया करो तो अच्छी जी वीडियो टेमें पुजी सको अस आर कश्मीर की इंशाला जी वीडियो उसी तुम्हें पेश कर सस इन्हें भाई होना एक बार फिर सोने गल कराने जी जी सो आवाम की क्या है अपने अली साहब ने मकान मालिक ने कहना कि साड़ी माली मदद करो ये गरीब बंदे इन्होंने इतने वसाइल कौन के अपने मतलब मकान दोबारा तामीर कर सको क्या समझ नहीं हो असने माली मदद करें दोबारा मकान तामीर करा जी जी नाजीन सा इतना फिर रिक्वेस्ट करने जो सारे परदेस ने भैन भ्रा ग्रेंट होने खास करके उन्हें अपील करने कि गरीब बंदे तो इन्होंने ये मदद करो इन्होंने ना नाल नंबर चलना व्हाट्सएप ना तो यह सुना मतलब रबता कर सन जल्द सुन गल कर सो ना मतलब रबता ना करे जो कोई बंदा मैसेज करे उन्हें रबता करना जरूर ठीक है ये ना तो उन्होंने जवाब मैसेज जवाब ना दो तो असं उम्मीद करने कि वीडियो सारी पसंद है इन्होंने मदद कर सो तो सारे चैनल की जरूर सब्सक्राइब करे अगर किसी ने सब्सक्राइब नहीं किए आजाद चसा तो अस इन्होंने भाई उन्हें शुक्रिया करने कि असा इन्होंने दुख से शरीक हाँ कि इन्होंने काफ़ी नुकसान होया ठीक है ठीक है नाजरीन अगर जिंदगी वफा की जल्द एक न्यू वीडियो सा मुलाकात उसी ठीक है अल्लाह हाफिज़।